ਪਤਾ ਨਹੀਂ ਕਿੱਥੇ ਗਏ ਸੀ ਉਹ ਯਾਰ ਭਾਈ ਨਾਲ ਮੈਂ ਪੰਪ ਤੇ ਗਿਆ ਸਾਂ ਕਿਹੜੇ ਪੰਪ ਐ ਸ਼ਾਇਦ ਸ਼ੈਲ ਪੈਟਰੋਲ ਪੰਪ ਦੇ ਪੈਟਰੋਲ ਪਵਾ ਗਏ ਗੱਡੀ 'ਚ ਮੈਂ ਤਾਂ ਵੇਖਣਾ ਪਿਆ ਹਾਂ ਸਾਡੇ ਮੁਲਕ 'ਚ ਅਤੇ ਬਾਹਰ ਦੇ ਮੁਲਕਾਂ 'ਚ ਲੋਕਾਂ 'ਚ ਕੀ ਫਰਕ ਹੈ ਉਹ ਤਰੱਕੀ ਕਿਉਂ ਕਰ ਗਏ ਨੇ ਉੱਥੇ ਇੱਕ ਅਸਦ ਕੋਈ ਨਹੀਂ ਇੱਕ ਉੱਥੇ ਮਾੜੇ ਚੰਗੇ ਦਾ ਖਿਆਲ ਰੱਖਦੇ ਨੇ ਕੀ ਉਹ ਇੱਕ ਡਾਲਰ ਦੋ ਡਾਲਰ ਤਿੰਨ ਡਾਲਰ ਜਾਂ ਪੰਜ ਦਸ ਡਾਲਰ ਪੈਟਰੋਲ ਪਵਾਂਗੇ ਦਸ ਵੀਹ ਤੀਹ ਸੈਂਟ ਪੰਜਾਹ ਸੈਂਟ ਕਿਸੇ ਮਾੜੇ ਬੰਦੇ ਨੂੰ ਦੇ ਦੇਣਗੇ ਕਿਉਂਕਿ ਸਾਡੇ ਵਰਗੇ ਇਨਸਾਨ ਹੁੰਦੇ ਨੇ ਕੋਈ ਮਜਬੂਰੀ ਹੁੰਦੀ ਹੈ ਜੇ ਦਸ ਪੰਦਰਾਂ ਹਜ਼ਾਰ ਸਾਰਾ ਦਿਨ ਉੱਥੇ ਬੈਠੇ ਰਹਿੰਦੇ ਨੇ ਮੈਂ ਆਪਣੇ ਭਰਾਵਾਂ ਅੱਗੇ ਰਿਕੁਐਸਟ ਕਰਾਂਗਾ ਤੁਸੀਂ ਪੰਜਾਹ ਲੱਖ ਦੀ ਗੱਡੀ ਰੱਖੀ ਹੁੰਦੀ ਹੈ ਇੱਕ ਸੌ ਪੰਜਾਹ ਵੀਹ ਤਰੀਕ ਪੈਟਰੋਲ ਦੇ ਵਿੱਚ ਬੱਚਾ ਨਾ ਉਹਨਾਂ ਨੂੰ ਦੇ ਦਿਆ ਕਰੋ ਉਹ ਮੰਗਦੇ ਨਹੀਂ ਅਤੇ ਤੁਹਾਡੀ ਵਜ੍ਹਾ ਜੋ ਪੈਟਰੋਲ 'ਚ ਦਿਹਾੜੀ ਲਾਉਂਦੇ ਨੇ ਫਰਾਡ ਕਰਦੇ ਨੇ ਜੇ ਉਹਨਾਂ ਨੂੰ ਖੁਸ਼ੀ ਨਾਲ ਸੌ ਪੰਜਾਹ ਦੇ ਦਿਓਗੇ ਨਾ ਕਦੀ ਫਰਾਡ ਨਹੀਂ ਕਰੋਗੇ ਉਹ ਦਸ ਦਸ ਵੀਹ ਵੀਹ ਤਰੀਕ ਦੀ ਸੈਂਟ ਦਾ ਫਰਾਡ ਕਰਦੇ ਨਾ ਤਾਂ ਫਿਰ ਤੁਸੀਂ ਗੱਲ ਨੂੰ ਅੱਜ ਚੁੱਕਦੇ ਹੋ ਕਿ ਮੈਂ ਪੈਟਰੋਲ ਪਵਾਉਣ ਗਿਆ ਤਾਂ ਮੇਰਾ ਪੰਜਾਹ ਰੁਪਇਆ ਪੈਟਰੋਲ ਘੱਟ ਸੀ ਨਾ ਬਾਬਾ ਸਾਰਾ ਦਿਨ ਉਹ ਗਰਮੀ 'ਚ ਮਰਿਆ ਬਾਰਾਂ ਦਾ ਤਨਖਾਹ ਕੀ ਮਿਲਦਾ ਉਹ ਮੈਂ ਆਪਾਂ ਕਹਿੰਦਾ ਰੋਜ਼ ਦਾ ਦੋ ਕਿਲੋ ਦੁੱਧ ਲਈ ਮਹੀਨੇ ਦੇ ਬਾਅਦ ਉਹ ਬਾਰਾਂ ਹਜ਼ਾਰ ਬਣ ਜਾਂਦਾ ਯਾਰ ਉਹਦਾ ਵੀ ਬੱਚੇ ਨੇ ਉਹਦਾ ਵੀ ਪੇਟ ਹੈ ਉਹਨੇ ਵੀ ਕੱਪੜੇ ਲੈਣੇ ਨੇ ਉਹਨੇ ਵੀ ਜੁੱਤੀ ਲੈਣੀ ਹੈ ਪਲੀਜ਼ ਪੰਪਾਂ ਵਾਲੇ ਮਾੜੇ ਲੋਕ ਹੁੰਦੇ ਨੇ ਉਹਨਾਂ ਦਾ ਵੀ ਖਿਆਲ ਰੱਖਿਆ ਕਰੋ ਪੈਟਰੋਲ ਹਜ਼ਾਰ ਰੁਪਏ ਦਾ ਪਵਾਉਂਦੇ ਉਹਨਾਂ ਤਾਂ ਵੀਹ ਰੁਪਏ ਵੱਧ ਦੇ ਲਓ ਉਹਨੂੰ ਯਾਰ ਪੰਜਾਹ ਰੁਪਏ ਜੇ ਮੈਂ ਮੇਰੇ ਵਰਗਾ ਬੰਦਾ ਮੈਂ ਪੰਜਾਹ ਸੌ ਵੀ ਦੇ ਦਿਆਂਗਾ ਤੁਸੀਂ ਵੀ ਕੋਸ਼ਿਸ਼ ਕਰੋ ਕਲਚਰ ਬਣਾਓ ਇਹ ਸ਼ੌਕ ਬਣਾਓ ਅੱਲਾਹ ਤਾਲਾ ਇਸ ਗੱਲ ਦੇ ਵਿੱਚ ਬੜਾ ਖੁਸ਼ ਹੁੰਦਾ ਅਤੇ ਯਾਰ ਇਨਸਾਨ ਨੂੰ ਐਸੀ ਚੀਜ਼ ਹੈ ਕਿਸੇ ਨੂੰ ਸੌ ਪੰਜਾਹ ਦੇ ਦਿਓ ਉਹਨਾਂ ਦੇ ਚਿਹਰੇ 'ਤੇ ਮੁਸਾਹਟ ਆ ਜਾਂਦੀ ਇਹ ਬੁੱਝਿਆ ਵਕਤ ਅਤੇ ਪਰੇਸ਼ਾਨ ਵੇਲਾ ਐਸੇ ਤਰੀਕੇ ਅੱਲਾਹ ਤਾਲਾ ਨੇ ਛੋਟੀ ਛੋਟੀ ਗੱਲਾਂ ਦਿੱਤੀਆਂ ਨੇ ਕਿ ਇਨਸਾਨ ਨਾ ਕਰੋ ਤਾਂ ਰੱਬ ਖੁਸ਼ ਹੋ ਜਾਂਦਾ ਰੱਬ ਪਰਵਰਦਿਗਾਰ ਐਸੀ ਗੱਲ ਹੈ ਕਿ ਯਾਰ ਛੋਟੀ ਛੋਟੀ ਕਿਸੇ ਬੰਦੇ ਨੂੰ ਸੌ ਪੰਜਾਹ ਦੇ ਦੇਵੋ ਉਹਦੇ ਘਰ ਦੀਵਾ ਬਾਲਿਓ ਖੁਸ਼ ਹੋ ਜਾਏਗਾ ਤੁਹਾਡੇ ਦਸ ਦਾ ਵੀਹ ਵੀਹ ਪੰਜਾਹ ਆਪਣੇ ਸ਼ਾਮ ਤੱਕ ਉਹਦਾ ਪੰਜ ਹਜ਼ਾਰ ਬਣ ਜਾਏਗਾ ਨਾ ਉਹ ਫੇਕ ਕੰਮ ਨਹੀਂ ਕਰੇਗਾ ਫਰਾਡ ਨਹੀਂ ਕਰੇਗਾ ਪੰਪ 'ਚ ਚੋਰੀ ਨਹੀਂ ਕਰੇਗਾ ਪੈਟਰੋਲ ਘੱਟ ਨਹੀਂ ਪਾਏਗਾ ਤੁਹਾਡੀ ਕਦਰ ਕਰੇਗਾ ਤੁਹਾਨੂੰ ਪੈਟਰੋਲ ਪੂਰਾ ਪਾ ਕੇ ਦੇਗਾ ਤੁਹਾਨੂੰ ਗਾਈਡ ਕਰੇਗਾ ਤੁਹਾਡੇ ਗੱਡੀ ਦੀ ਸਫਾਈ ਕਰੇਗਾ ਬੰਦੇ ਹੁਣ ਮੇਰੀ ਗੱਡੀ 'ਤੇ ਕੱਲ੍ਹ ਮੈਂ ਵੇਖਣਾ ਪਿਆ ਹਾਂ ਮੇਰੀ ਗੱਡੀ ਮੈਂ ਪੰਪ ਪੈਟਰੋਲ ਪਾਉਂਗਾ ਮੇਰੀ ਗੱਡੀ ਵੈਪਰ ਮਾਰਨ ਲੱਗ ਪਿਆ ਅਤੇ ਮੇਰੇ ਕੋਲ ਟੁੱਟੇ ਪੈਸੇ ਕੋਈ ਨਹੀਂ ਸਨ ਮੈਂ ਬੜਾ ਪਰੇਸ਼ਾਨ ਹੋ ਗਿਆ ਮੈਂ ਗੱਡੀ ਸਾਈਡ 'ਤੇ ਲਾ ਕੇ ਆਪਣੇ ਛੋਟੇ ਭਰਾ ਨੂੰ ਫੋਨ ਕੀਤਾ ਉਹਨੂੰ ਮੈਂ ਸਪੈਸ਼ਲ ਬੁਲਾਇਆ ਮੋਟਰਸਾਈਕਲ 'ਤੇ ਆਇਆ ਆ ਕੇ ਉਹਨੇ ਗਰੀਬ ਬੰਦੇ ਨੂੰ 200 ਰੁਪਇਆ ਦਿੱਤਾ ਕਾਰ ਤੋਂ ਵਿਚਾਰੇ ਕੋਲ ਨਹੀਂ ਸੀ ਚੱਲ ਸਕਦਾ ਉਹਨਾਂ ਨੂੰ 200 ਦਿੱਤਾ ਅਤੇ ਮੈਂ ਕਿਹਾ ਨਾ ਮੈਂ ਤਾਂ ਹੱਕ ਨਹੀਂ ਖਾਣਾ ਇਹਨੇ ਆਪਣੇ ਮੇਰੀ ਗੱਡੀ ਸਾਫ਼ ਕੀਤੀ ਹੈ ਸ਼ੀਸ਼ਾ ਸਾਫ਼ ਕੀਤਾ ਅਤੇ ਕਈ ਬੰਦੇ ਅਮੀਰ ਲੋਕ ਹੁੰਦੇ ਉਹਨਾਂ ਨੇ ਗੱਡੀ ਨੂੰ ਸਾਫ਼ ਸ਼ੀਸ਼ਾ ਸਾਫ਼ ਕਰੋ ਮਾਂ ਭੈਣ ਦੀ ਗਾਲ ਕੱਢ ਸਕਦੇ ਨੇ ਇੰਝ ਨਾ ਕਰਿਆ ਕਰੋ ਇਹ ਗੱਡੀ ਐਸੀ ਚੀਜ਼ ਹੈ ਜਦੋਂ ਇਹਦੇ 'ਤੇ ਬੰਦਾ ਰੱਖਦਾ ਨਾ ਆਪਣੀ ਡਿੱਕੀ ਇਨਸਾਨ ਕਹਿੰਦਾ ਮੈਂ ਹੀ ਮੈਂ ਅਗਲਾ ਕੁੱਤਾ ਇਹ ਦੁਨੀਆ ਦੀ ਚੀਜ਼ ਹੈ ਦੁਨੀਆ 'ਚ ਰਹਿ ਜਾਣੀ ਇੱਥੇ ਰਹਿ ਜਾਣੀ ਨਾਲ ਕੁਝ ਨਹੀਂ ਖੜਨਾ ਪੈਸਾ ਦੌਲਤ ਬੰਗਲਾ ਫਾਰਮ ਹਾਊਸ ਇੱਥੇ ਰਹਿ ਜਾਣੇ ਇਹ ਮੇਰਾ ਫਾਰਮ ਹਾਊਸ ਹੈ ਮੇਰੀ ਗੱਡੀ ਹੈ ਇੱਥੇ ਰਹਿ ਜਾਣੀ ਪਲੀਜ਼ ਕੋਸ਼ਿਸ਼ ਕਰੋ ਗਰੀਬ ਬੰਦਾ ਕਿਤੇ ਵੀ ਲੱਭੇ ਉਹਦੀ ਮਦਦ ਕਰੋ।